ਜੂਨ 1984 ਜਦੋਂ ਭਾਰਤੀ ਫੌਜ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ 'ਤੇ ਹਮਲਾ ਕੀਤਾ ਗਿਆ ਤੇ ਨਾਮ ਦਿੱਤਾ ਆਪਰੇਸ਼ਨ ਬਲੂ ਸਟਾਰ ਇਸ ਹਮਲੇ ਦੇ ਦੌਰਾਨ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਟੈਟਰੀ ਕਰ ਦਿੱਤਾ ਗਿਆ ਉੱਥੇ ਸਿੱਖਾਂ ਦੇ ਕੇਂਦਰੀ ਅਸਥਾਨ ਸਚਕਨ ਸ੍ਰੀ ਹਰਮੰਦਰ ਸਾਹਿਬ ਦੇ ਵੱਲ ਵੀ ਗੋਲੀਆਂ ਦਾਗੀਆਂ ਗਈਆਂ ਤੇ ਇਨ੍ਹਾਂ ਹੀ ਗੋਲੀਆਂ ਦੇ ਵਿੱਚੋਂ ਇੱਕ ਗੋਲੀ ਉਸ ਸਮੇਂ ਪ੍ਰਕਾਸ਼ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਨੂੰ ਵੀ ਲੱਗੀ ਉਸ ਰੂਪ ਅੱਜ ਵੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਿਹੜਾ ਸੁਭਾਇਮਾਨ ਹੈ ਤੇ ਇਹ ਜਦੋਂ ਜ਼ਖਮ ਜਿਹੜੇ ਨੇ ਉਹ ਅਲੇ ਹੁੰਦੇ ਨੇ ਸਿੱਖ ਸੰਗਤਾਂ ਜਦੋਂ ਇਸ ਸਰੂਪ ਨੂੰ ਦੇਖਦੀਆਂ ਨੇ ਤੇ ਹਰ ਸਾਲ ਪਿਛਲੇ ਸਾਲ ਤੋਂ ਹੀ ਇਹ ਸ਼ੁਰੂਆਤ ਕੀਤੀ ਗਈ ਹੈ ਕਰੀਬ 37 ਸਾਲ ਬਾਅਦ ਜਦੋਂ ਇਹ ਘੱਲੂ ਘਰਾ ਵਾਪਰਿਆ ਤੇ ਉਸ ਤੋਂ ਬਾਅਦ ਇਸ ਪਾਵਨ ਸਰੂਪ ਦੇ ਦਰਸ਼ਨ ਦਿਦਾਰੇ ਸੰਗਤਾਂ ਨੂੰ ਕਰਵਾਏ ਜਾਂਦੇ ਹਨ ਸਾਡੇ ਨਾਲ ਮੌਜੂਦ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਸਤਕਾਰਯੋਗ ਭਾਈ ਗੁਰਮਖ ਸਿੰਘ ਜੀ ਜੋ ਸਾਨੂੰ ਇਸ ਪੂਰੇ ਬਿਰਤਾਂਤ ਜੋ ਉਸ ਸਮੇਂ ਹਮਲਾ ਹੋਇਆ ਭਾਰਤੀ ਫੌਜ ਵੱਲੋਂ ਜਿਸ ਨੂੰ ਆਪਰੇਸ਼ਨ ਬਲੂ ਸਟਾਰ ਦਾ ਨਾਮ ਦਿੱਤਾ ਗਿਆ ਕਿਵੇਂ ਉਹ ਇਹ ਹਮਲਾ ਹੁੰਦਾ ਏ ਕਿਵੇਂ ਗੋਲੀਆਂ ਦਾਗੀਆਂ ਜਾਂਦੀਆਂ ਨੇ ਤੇ ਕਿਸ ਤਰ੍ਹਾਂ ਇਹ ਗੋਲੀ ਜਿਹੜੀ ਹੈ ਉਹ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਨੂੰ ਲੱਗਦੀ ਹੈ ਉਹ ਸਾਰਾ ਬਿਰਤਾਂਤ ਤੇ ਉਹ ਸਾਰਾ ਜੋ ਹਾਲ ਹੈ ਉਹ ਉਸ ਸਮੇਂ ਦੀ ਜ਼ੁਬਾਨੀ ਜਿਹੜਾ ਉਹ ਦੱਸਣਗੇ ਸਿੰਘ ਸਾਹਿਬ ਜੀ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਤੇ ਤੁਹਾਡੇ ਮੁਖਾਰਬਿੰਦ ਤੋਂ ਜਾਣਨਾ ਚਾਹਾਂਗੇ ਸਾਲ 1984 ਵਿੱਚ ਸਤਗੁਰੂ ਪੰਥਪਾਤ ਸਾਹਿਬ ਜੀ ਦਾ ਸ਼ਹਾਦਤ ਉਹਨਾਂ ਦਾ ਸ਼ਹੀਦੀ ਦਿਹਾੜਾ ਦੁਨੀਆਂ ਭਾਰੋ ਵਿੱਚੋਂ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਸਤਖਰਨ ਸ੍ਰੀ ਹਰਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਪਹੁੰਚੀਆਂ ਹੋਈਆਂ ਹਨ ਕਿਉਂਕਿ ਸਤਗੁਰੂ ਪੰਥਪਾਤ ਸਾਹਿਬ ਜੀ ਨੇ 43 ਸਾਲ ਦੀ ਉਮਰ ਵਿੱਚ ਐਸੇ ਹੀ ਪਾਵਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਜਮਤ ਨੂੰ ਕਾਇਮ ਰੱਖਣ ਵਾਸਤੇ ਗੁਰਬਾਣੀ ਦੇ ਸਨਮਾਨ ਔਰ ਸਤਕਾਰ ਨੂੰ ਕਾਇਮ ਰੱਖਣ ਵਾਸਤੇ ਲਾਹੌਰ ਵਿਖੇ ਸਨ 1606 ਵਿੱਚ ਸ਼ਹਾਦਤ ਪ੍ਰਾਪਤ ਕੀਤੀ ਸੀ ਸਤਿਗੁਰੂ ਪੰਥਮ ਪਾਤਸ਼ਾਹ ਜੀ ਦੀ ਓਸ ਸ਼ਹਾਦਤ ਨੂੰ ਧਿਆਨ ਵਿੱਚ ਰੱਖਦਿਆਂ ਸਿੱਖ ਸੰਗਤਾਂ ਦੀ ਮਾਨਸਿਕਤਾ ਸੰਸਾਰ ਪਰ ਵਿੱਚ ਬਹੁਤ ਦ੍ਰਵੀਪੂਤ ਹੁੰਦੀ ਹੈ ਇਹਨਾਂ ਦਿਨਾਂ ਵਿੱਚ ਸੰਗਤ ਦੇ ਮਨ ਦਾ ਖਿਆਲ ਹੁੰਦਾ ਖਾਸ ਕਰਕੇ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਸਤਿਗੁਰੂ ਪੰਥਮ ਪਾਤਸ਼ਾਹ ਜੀ ਸਹਾਤ ਦੇਣ ਵਾਸਤੇ ਤੁਰੇ ਸਨ ਇਸ ਵਾਸਤੇ ਵੱਡੀ ਗਿਣਤੀ ਵਿੱਚ ਖਾਸ ਕਰਕੇ ਸੰਗਤ ਇਸ ਪਾਵਨ ਅਸਥਾਨ ਤੇ ਹਾਜ਼ਰੀ ਭਰਨ ਵਾਸਤੇ ਹਰ ਹਾਲਤ ਪਹੁੰਚਦੀ ਹੈ ਸਨ 1984 ਵਿੱਚ ਜਦੋਂ ਸਿੱਖ ਸੰਗਤਾਂ ਇਹ ਪਾਵਨ ਦਿਹਾੜਾ ਇੱਥੇ ਮਨਾ ਰਹੀਆਂ ਸਨ ਉਦੋਂ ਹਿੰਦੁਸਤਾਨ ਦੀ ਜ਼ਾਲਮ ਕਾਂਗਰਸ ਸਰਕਾਰ ਵੱਲੋਂ ਹਮਲਾ ਹਮਲਾ ਕੀਤਾ ਗਿਆ ਕੋਈ ਸਧਾਰਨ ਤੌਰ ਤੇ ਹਮਲਾਵਰ ਹੋ ਕੇ ਹਮਲਾ ਨਹੀਂ ਸੀ ਤੰਗਾਂ ਤੋਪ ਨਾਲ ਔਰ ਗੋਲੀਬਾਰੀ ਵੱਡੀ ਤੋਂ ਵੱਡੀ ਜਿਹੜੀ ਗੱਲ ਹੈ ਉਹ ਵੀ ਇੱਥੇ ਇਸਤੇਮਾਲ ਕੀਤੀ ਗਈ ਹੈ ਤਾਂ ਆਪ ਜੀ ਨੂੰ ਪਤਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਇਮਾਰਤ ਨੂੰ ਬਿਲਕੁਲ ਟਾਇਟੇਰੀ ਕਰ ਦਿੱਤਾ ਗਿਆ ਸੀ ਉਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਉੱਪਰ ਬਹੁਤ ਵੱਡੀ ਗਿਣਤੀ ਵਿੱਚ ਗੋਲਗਾਂ ਦਾਗੀਆਂ ਗਈਆਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਇਮਾਰਤ ਜੋ ਹੈ ਉਹ ਛਲਨੀ ਹੋ ਗਈ ਸੀ ਉਹ ਪੱਤਰੇ ਸੋਨੇ ਦੇ ਜੋ ਉਤਾਰੇ ਗਏ ਜੋ ਛਲਨੀ ਹੋਏ ਸਨ ਉਹ ਅੱਜ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੜੇ ਅਦਬ ਸਤਕਾਰ ਵਿੱਚ ਸਿੱਖ ਪੰਥ ਦਾ ਬਹੁਤ ਵੱਡਾ ਇਤਿਹਾਸ ਦਾ ਹਿੱਸਾ ਜਾਣ ਕੇ ਉਹਨਾਂ ਨੂੰ ਸੰਭਾਲਿਆ ਹੋਇਆ ਹੈ ਤਾਂ ਜੋ ਇਹ ਪਾਵਨ ਸਰੂਪ ਤੇ ਆਪ ਦਰਸ਼ਨ ਕਰ아요 ਸੰਸਾਰ ਪਰ ਵਿੱਚ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਕਰੀਆਂ ਨੇ ਇਹ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਉਸ ਸਮੇਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ ਮਾਨ ਸਨ। ਉਸ ਸਮੇਂ ਮਸ਼ੀਨ ਗਨ ਦੀ ਗੋਲੀ ਚੱਲਦੀ ਆਏ। ਦੱਖਣ ਦੀ ਬਾਹੀ ਤੋਂ ਇਹ ਦਰਵਾਜ਼ਾ ਪਾੜ ਕੇ ਗੋਲੀ ਅੰਦਰ ਆਉਂਦੀ ਹੈ। ਗੁਰੂ ਸਾਹਿਬ ਜੀ ਦੇ ਪਾਵਨ ਸੀਨੇ ਵਿੱਚ ਆ ਕੇ ਇਹ ਜੋ ਫਾਰ ਦੀ ਸ੍ਰਿਆ ਹੈ। ਇਥੇ ਆ ਕੇ ਗੁਰੂ ਸਾਹਿਬ ਜੀ ਦੇ ਪਾਵਨ ਸੀਨੇ ਵਿੱਚ ਗੋਲੀ ਲੱਗਦੀ ਹੈ ਗੁਰੂ ਸਾਹਿਬ ਜੀ ਦੇ ਇਹ ਪਹਿਲੇ ਪਾਵਨ ਅੰਗਾਂ ਤੋਂ ਗੋਲੀ ਦਾ ਅਸਰ ਸ਼ੁਰੂਆਤ ਹੋ ਕੇ ਤਤਕਰਾ ਨਾਮ ਦੀ ਪਾਵਨ ਗੁਰਬਾਣੀ ਜੋ ਸ਼ੁਰੂਆਤ ਹੁੰਦੀ ਹੈ ਇਸ ਤੋਂ ਅੱਗੇ ਪਾਵਨ ਗੁਰਬਾਣੀ ਸ੍ਰੀ ਜਪਜੀ ਸਾਹਿਬ ਸ੍ਰੀ ਜਪਜੀ ਸਾਹਿਬ ਜੀ ਤੋਂ ਅੱਗੇ ਗੁਰਬਾਣੀ ਦੇ ਪਾਵਨ ਅੰਗਾਂ ਨੂੰ چیرਦੀ ਹੋਈ ਸ੍ਰੀ ਸੁਖਮਨੀ ਸਾਹਿਬ ਜੀ ਤੱਕ ਇਸ ਗੋਲੀ ਦਾ ਅਸਰ ਗਿਆ ਹੈ ਸੋ ਕਮਨੀ ਸਾਹਿਬ ਜੀ ਦੀ ਪਾਵਨ ਗੁਰਬਾਣੀ ਆਪ ਜੀ ਦੇ ਧਿਆਨ ਵਿੱਚ ਲਿਆ ਦਿੱਗੇ 16ਵੀਂ ਅਸ਼ਟਪਦੀ ਤੱਕ ਜਿੱਥੇ ਗੁਰਬਾਣੀ ਦੀ ਪੰਕਤੀ ਹੈ ਰੂਪ ਸਤ ਜਾ ਕਾ ਸਤ ਅਸਥਾਨ ਇਸ ਗੁਰਬਾਣੀ ਦੀ ਪੰਕਤੀ ਤੱਕ ਇਸ ਗੋਲੀ ਦਾ ਅਸਰ ਗਿਆ ਜੋਲੀ ਲੱਗਣ ਕਾਰਨ ਗੁਰੂ ਸਾਹਿਬ ਜੀ ਦੇ ਪਾਵਨ ਜੋ ਅਖਰ ਹਨ ਇਹ ਖੇਰਨ ਦੇ ਬਾਹਰ ਆਏ ਇਹ ਤਤਕਰ ਗੁਰਬਾਣੀ ਦੇ ਪਾਵਨ ਸ਼ਬਦਾਂ ਤੋਂ ਲੈ ਕੇ ਸ੍ਰੀ ਜਪਜੀ ਸਾਹਿਬ ਸ੍ਰੀ ਸੁਖਮਨੀ ਸਾਹਿਬ ਜੀ ਤੱਕ ਇਹ ਗੁਰਬਾਣੀ ਦੇ ਅੱਖਰ ਹਨ ਔਰ ਇਹਨਾਂ ਗੁਰਬਾਣੀ ਦੇ ਪਾਵਨ ਅੱਖਰਾਂ ਨੂੰ ਬੜੇ ਹੀ ਅਦਬ ਸਤਕਾਰ ਨਾਲ ਬਹੁਤ ਵੱਡੀ ਮਾਣ ਤੇ ਮਰਿਆਦਾ ਅਨਸਾਰ ਇਹਨਾਂ ਨੂੰ ਸੰਭਾਲਿਆ ਗਿਆ ਗੁਰੂ ਸਾਹਿਬ ਜੀ ਦੇ ਪਾਵਨ ਸਰੂਪਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਭ ਤੋਂ ਉੱਪਰਲੀ ਮੰਜ਼ਲ ਤੇ ਜਿੱਥੇ ਗੋਮਦ ਸਾਹਿਬ ਗੋਮਦ ਸਾਹਿਬ ਦੇ ਥੱਲੇ ਜੋ ਕੋਠੜੀ ਆਏ ਉਸ ਕੋਠੜੀ ਦੇ ਅੰਦਰ ਵਿਸ਼ੇਸ਼ ਤੌਰ ਤੇ ਇੱਕ ਅਸਥਾਨ ਤਿਆਰ ਕੀਤੇ ਗਏ ਨੇ ਜਿੱਥੇ ਟੈਕਨੀਕਲ ਸਬਾਵਾਂ ਟੈਕਨੋਲੋਜੀ ਦੇ ਪੱਖ ਤੋਂ ਇਹਨਾਂ ਪਾਵਨ ਸਰੂਪਾ ਨੂੰ ਸਦਾ ਲਈ ਸੰਭਾਲਣ ਵਾਸਤੇ ਇਹ ਉਹ ਉੱਥੇ ਸਬਾਵਾਂ ਚੱਲਦੀਆਂ ਨੇ ਤਾਂ ਸੰਗਤ ਦੇ ਮੰਨ ਦੀ ਬਹੁਤ ਵੱਡੀ ਇੱਛਾ ਸੀ ਕਿ ਇਹਨਾਂ ਪਾਵਨ ਸਰੂਪਾਂ ਦੇ ਦਰਸ਼ਨ ਖੁੱਲੇ ਤੌਰ ਤੇ ਸਿੱਖ ਪੰਥ ਨੂੰ ਕਰਵਾਏ ਜਾਣ। ਪਿਛਲੇ ਸਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਲਿਆ ਔਰ ਇਸ ਵਾਰ ਵੀ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ ਉਹਨਾਂ ਨੇ ਇਹ ਫੈਸਲਾ ਕਰਕੇ 4 ਦਿਨ ਵਾਸਤੇ ਇਹ ਕੱਲ 2 ਜੂਨ ਤੋਂ ਕਰਾਰੰਭ ਹੋਏ ਨੇ ਦਰਸ਼ਨ ਦੀਦਾਰੇ ਇਹ 5 ਜੂਨ ਤੱਕ ਹੈ। ਸਵੇਰੇ 9:00 ਵਜੇ ਤੋਂ ਲੈ ਕੇ ਸ਼ਾਮ ਦੇ 7:00 ਵਜੇ ਤੱਕ ਇਹਨਾਂ ਪਾਵਨ ਸਰੂਪਾਂ ਦੇ ਦਰਸ਼ਨ ਖੁੱਲੇ ਤੌਰ ਤੇ ਸਿੱਖ ਸੰਗਤਾਂ ਨੂੰ ਕਰਵਾਏ ਜਾ ਰਹੇ ਹਨ ਭਾਈ ਸਾਹਿਬ ਤੁਸੀਂ ਸਟੇਨ ਗੰਦ ਦਾ ਜ਼ਿਕਰ ਕੀਤਾ ਉਸ ਤਾਬਰ ਤੋੜ ਗੋਲੀਬਾਰੀ ਦੇ ਵਿੱਚ ਜਦੋਂ ਹਰਮੰਦਰ ਸਾਹਿਬ 'ਚ ਗੋਲੀਬਾਰੀ ਹੁੰਦੀ ਹੈ ਤਾਂ ਇਹ ਵੀ ਕਿਹਾ ਜਾਂਦਾ ਹੈ ਕਿ ਸਟੇਨ ਗੱਲ ਨਹੀਂ ਮਸ਼ੀਨ ਗਨ ਮਸ਼ੀਨ ਗਨ ਤੇ ਉਹ ਉੱਪਰ ਜੋ ਮਹਾਰਾਜ ਦਾ ਵੱਡਾ ਸਰੂਪ ਹੈ ਉਸ ਵੱਡੇ ਸਰੂਪ ਦੇ ਵਿੱਚ ਵੀ ਕਿਹਾ ਜਾਂਦਾ ਹੈ ਕਿ ਗੋਲੀਆਂ ਜਿਹੜੀਆਂ ਨੇ ਉਹ ਜ਼ਰੂਰ ਲੱਗੀਆਂ ਨੇ ਤੇ ਉਹ ਪਾਵਨ ਸਰੂਪ ਵੀ ਜਿਹੜਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਇਸ ਪਾਵਨ ਅਸਥਾਨ ਤੇ ਜਿਹੜਾ ਉਹ ਮੌਜੂਦ ਹੈ ਤੇ ਉਸ ਦੇ ਵੀ ਦਰਸ਼ਨ ਜਿਹੜੇ ਉਹ ਕਿਉਂ ਜਿਹੜੇ ਕਿਉਂ ਨਹੀਂ ਕਰਵਾਏ ਜਾ ਰਹੇ ਉਹ ਹਰ ਕੀ ਪੌੜੀ ਸਤਖਾਨ ਸ੍ਰੀ ਹਰਮੰਦਰ ਸਾਹਿਬ ਜੀ ਦੇ ਉੱਪਰ ਉਹ ਤੁੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਸਰੂਪ ਪ੍ਰਕਾਸ਼ ਮਾਨ ਸਰ ਉਥੇ ਲਗਾਤਾਰ ਗੁਰਬਾਣੀ ਦੇ ਸ੍ਰੀ ਅਖੰਡ ਪੁਰਸਾਹਬ ਇਹ ਪ੍ਰਵਾਹ ਚੱਲਦੇ ਹਨ ਸੰਗਤ ਬਹੁਤ ਵੱਡੀ ਭਾਵਨਾ ਨਾਲ ਕੁਰਬਾਨੀ ਉੱਥੇ ਬੈਠ ਕੇ ਸਰਵਨ ਕਰਦੀ ਹੈ ਸਨ 1984 ਵਿੱਚ ਲੰਗਰ ਦੀ ਬਾਹੀ ਤੋਂ ਉਪਰੋਂ ਗੋਲੀ ਆਉਂਦੀ ਹੈ ਔਰ ਉਸ ਪਾਵਨ ਸਰੂਪ ਨੂੰ ਪਿੱਛੋਂ ਦੀ ਜੋ ਵਾਰੀ ਹੈ ਹਰਮੰਦਰ ਸਾਹਿਬ ਜੀ ਦੀ ਇਮਾਰਤ ਵਿੱਚ ਉਸ ਵਾਰੀ ਨੂੰ ਪਾੜ ਕੇ ਗੁਰੂ ਸਾਹਿਬ ਜੀ ਦੇ ਪਾਵਨ ਸੀਨੇ ਵਿੱਚ ਆ ਕੇ ਉੱਥੇ ਵੀ ਗੋਲੀ ਲੱਗਦੀ ਹੈ ਉਹਨਾਂ ਪਾਵਨ ਸਰੂਪਾਂ ਦੀ ਸੇਵਾ ਸੰਭਾਲ ਵੀ ਬਹੁਤ ਚੜ੍ਹਦੀ ਕਲਾ ਸਹਿਤ ਕੀਤੀ ਜਾ ਰਹੀ ਹੈ ਉਹ ਸਰੂਪ ਬਹੁਤ ਵੱਡੇ ਆਕਾਰ ਦੇ ਹਨ ਉਹ ਇਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਇਹ ਪਾਵਨ ਸਰੂਪਾਂ ਦਾ ਆਕਾਰ ਹੈ ਉਹ ਪਾਵਨ ਸਰੂਪਾਂ ਦਾ ਆਕਾਰ ਬਹੁਤ ਵੱਡਾ ਹੈ ਤਾਂ ਜਿਸ ਤਰ੍ਹਾਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੀ ਭਾਵਨਾ ਦੇ ਅਨਸਾਰ ਫੈਸਲੇ ਕੀਤੇ ਜਾਣਗੇ ਅਸੀਂ ਤਾਂ ਦਰਸ਼ਨ ਕਰਾਉਣੇ ਆ ਤਾਂ ਉਹ ਉਹ ਵੀ ਦਰਸ਼ਨ ਪ੍ਰਾਰੰਭ ਕਰਵਾ ਦਿਆਂਗੇ ਪੈਸੇ ਦੇ ਆਖਰੀ ਸਵਾਲ ਜਿਹੜਾ ਤੁਹਾਡੇ ਤੋਂ ਜਾਨਣਾ ਚਾਹਾਂਗੇ ਕਿਉਂਕਿ ਤੁਸੀਂ ਸਾਰਾ ਇਤਿਹਾਸਿਕ ਪਰਚੋਲ ਕੀਤੀ ਹੈ ਜਦੋਂ ਇਹ ਹਮਲਾ ਹੁੰਦਾ ਹੈ ਤਾਂ ਉਸ ਸਮੇਂ ਮਹਾਰਾਜ ਦੀ ਤਾਬਿਆ ਤੇ ਜਾਂ ਅੰਦਰ ਕਿਹੜੇ ਸਿੰਘ ਜਿਹੜੇ ਮੌਜੂਦ ਸਨ ਤੇ ਉਸ ਸਮੇਂ ਕਿਹੜੀਆਂ ਜੜੀਆਂ ਅੰਦਰ ਪ੍ਰਮੁੱਖ ਸ਼ਕਤੀਆਂ ਜੜੀਆਂ ਇਸੇ ਵਨਵਾਰੀਆਂ ਸਨ ਉਹਨਾਂ ਦਾ ਜ਼ਿਕਰ ਜ਼ਰੂਰ ਕੀਤਾ ਜਾਵੇ ਇਹ ਉਸ ਸਮੇਂ ਜੋ ਸਾਥੀਕਰਨ ਸ੍ਰੀ ਹਰਮੰਦਰ ਸਾਹਿਬ ਜੀ ਦੀ ਸੇਵਾ ਦੇ ਵਿੱਚ ਜੋ-ਜੋ ਵੀ ਹਾਜ਼ਰ ਸਨ ਉਹ ਖਾਸ ਕਰਕੇ ਤੁਸੀਂ ਜੋ ਸ਼੍ਰੋਣੀ ਕਮੇਟੀ ਵੱਲੋਂ ਇਤਿਹਾਸ ਸ਼ਾਮਿਲਿਆ ਗਿਆ ਜਾਂ ਅਲੱਗ-ਅਲੱਗ ਕਿਸਮ ਦੀਆਂ ਬੁੱਕਾਂ ਹਨ ਉਹਨਾਂ ਦੇ ਵਿੱਚ ਤੁਸੀਂ ਜ਼ਿਕਰ ਕਰ ਸਕਦੇ ਹੋ ਕਈ ਵਾਰ ਕਿਸੇ ਦਾ ਨਾਮ ਰਹਿ ਜਾਏ ਤਾਂ ਉਹ ਫਿਰ ਇਤਰਾਜ਼ ਕਰਦਾ ਕਿ ਮੇਰਾ ਨਾਮ ਦਾ ਤੁਸੀਂ ਵਰਣਨ ਕਿਉਂ ਨਹੀਂ ਕੀਤਾ ਇਸ ਕਰਕੇ ਤੁਸੀਂ ਉਹਦੇ ਵਿੱਚੋਂ ਜੋ-ਜੋ ਵੀ ਹੈ ਅਲੱਗ-ਅਲੱਗ ਕਿਸਮ ਦੇ ਉਹ ਤੁਸੀਂ ਜਾਣਕਾਰੀ ਦੇ ਸਕਦੇ ਹੋ ਜਿਹੜੀ ਇਸ ਦਰਸ਼ਨ ਕਰਵਾਏ ਜਾਂਦੇ ਇਹ ਪਾਰਨ ਦਿਨ ਤੱਕ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਇਹ ਦਰਸ਼ਨ ਦੀਦਾਰੇ ਸੰਗਤ ਨੂੰ ਇਸੇ ਤਰ੍ਹਾਂ ਹੀ ਕਰਵਾਏ ਜਾਣਗੇ ਜੀ ਸੋ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਕੱਲੂ ਘਾਰੇ ਦੇ ਮੌਕੇ ਤੇ ਆਪਰੇਸ਼ਨ ਬਲੂ ਸਟਾਰ ਦੇ ਮੌਕੇ ਤੇ ਜੋ ਪਾਣਾ ਵਾਪਰਿਆ ਕਈ ਜਿਹੜੀਆਂ ਸੰਗਤਾਂ ਉਹ ਇਸ ਸਮੇਂ ਨੂੰ ਯਾਦ ਕਰਦੇ ਆ ਜਿੱਥੇ ਹਿਰਦੇ ਵਲੁੰਦਰ ਦੇ ਨੇ ਸੋ ਕਮੇਟੀ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਉਪਰਾਲਾ ਹੈ ਕਿ 37 ਸਾਲ ਬਾਅਦ ਉਹ ਪਾਵਨ ਸਰੂਪ ਜਿਸ ਪਾਵਨ ਸਰੂਪ ਤੇ ਪਾਤੀ ਫੌਜ ਦੀਆਂ ਗੋਲੀਆਂ ਲੱਗੀਆਂ ਸਨ ਉਸ ਨੂੰ ਸੰਗਤਾਂ ਦੇ ਦਰਸ਼ਨ ਦਿਦਾਰੇ ਕਰਵਾਉਣ ਦੇ ਲਈ ਜਿਹੜਾ ਉਹ ਰੱਖਿਆ ਹੋਇਆ ਹੈ 5 ਜੂਨ ਤੱਕ ਇਹ ਦਰਸ਼ਨ ਦਿਦਾਰੇ ਕਰਵਾਏ ਜਾਣ ਦੀ ਸਾਡੀ ਵੀ ਬੇਨਤੀ ਹੈ ਕਿ ਜ਼ਰੂਰ ਸਚਕੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਕਾਲ ਤੱਕ ਸਾਭਾ ਕੇ ਇਸ ਪਾਵਨ ਸਥਾਨ ਤੇ ਆ ਕੇ ਪਾਵਨ ਰੂਪ ਤੇ ਦਰਸ਼ਨ ਦਿਦਾਰੇ ਕਰਕੇ ਆਪਣਾ ਜੀਵਨ ਸਫਲਾ ਕਰੋ ਕੈਮਰਾ ਪਰਸਨ ਸੰਦੀਪ ਦੇ ਨਾਲ ਪਰਮਜੀਤ ਸਿੰਘ ਐਪੀਪੀ ਸੰਜਾ ਸ੍ਰੀ ਕਾਲ ਤੱਕ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ